ਅਸਲਾਮੁਅਲੈਕਮ ਮੈਂ ਤੁਹਾਡਾ ਆਪਣਾ ਵੀਰ ਮੁਹੰਮਦ ਆਸੀਫ ਔਰ ਇਹ ਤੁਹਾਡਾ ਆਪਣਾ ਚੈਨਲ ਲਰਨਿੰਗ ਵਿਦ ਮੁਹੰਮਦ ਆਸੀਫ ਮੇਰੇ ਭਾਈਓ ਬਹਨੋ ਮੈਂ ਤੁਹਾਡੇ ਵਾਸਤੇ ਇੱਕ ਅੱਜ ਬਹੁਤ ਹੀ ਵੱਡੀ ਖੁਸ਼ਖਬਰੀ ਲੈ ਕੇ ਆਇਆ ਔਰ ਉਹ ਖੁਸ਼ਖਬਰੀ ਹੈ ਲਾ ਮਕਬਲ ਓਪਨ ਯੂਨੀਵਰਸਿਟੀ ਦੇ ਐਡਮਿਸ਼ਨ ਲਈ ਲੇਕਿਨ ਉਸ ਖੁਸ਼ਖਬਰੀ ਤੋਂ ਪਹਿਲੇ ਨਵੇਂ ਆਉਣ ਵਾਲੇ ਸਟੂਡੈਂਟਸ ਨੂੰ ਅਗਾਹ ਕਰਨਾ ਕਿ ਅਗਰ ਤੁਸੀਂ ਇਸ ਚੈਨਲ ਤੇ ਨਵੇਂ ਜੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸਾਥ ਨ ਲੱਗੇ ਘੰਟੀ ਦੇ ਆਈਕਨ ਨੂੰ ਹੀ ਪ੍ਰੈਸ ਕਰ ਦਿਓ ਅੱਛਾ ਸਟੂਡੈਂਟਸ ਮੇਰੇ ਭਾਈਓ ਬਹਨੋ ਅੱਜ ਦੀ ਖੁਸ਼ਖਬਰੀ ਐ ਵੇ ਕਿ ਜਿਹੜੇ ਸਟੂਡੈਂਟ ਜਿਹੜੇ ਸਟੂਡੈਂਟ ਜਿਹੜੇ ਤਾਲ ਵਿਦਿਅਮ ਚਾਹਦੇ ਨੇ ਕਲਾਮਕ ਇਕਬਾਲ ਓਪਨ ਯੂਨੀਵਰਸਿਟੀ ਚ ਐਡਮਿਸ਼ਨ ਲੈਣਾ ਲੈਣ ਦੀ ਖਾਹਿਸ਼ ਰੱਖਦੇ ਨੇ ਉਹਨਾਂ ਵਾਸਤੇ ਬਹੁਤ ਹੀ ਵੱਡੀ ਖੁਸ਼ਖਬਰੀ ਹੈ ਕਿ ਲਾਸਟ ਡੇਟ ਅੱਜ ਹੈ ਸੀ ਠੀਕ ਹੈ ਦਾਖਲਾ ਲੈਣ ਦੀ ਆਖਰੀ ਤਾਰੀਖ ਅੱਜ ਹੈ ਸੀ ਲੇਕਿਨ ਕਲਾਮਕ ਬਲ ਓਪਨ ਯੂਨੀਵਰਸਿਟੀ ਨੇ ਇਸ ਲਾਸਟ ਡੇਟ ਨੂੰ ਵਧਾ ਦਿੱਤਾ ਹੈ ਦਸੰਬਰ ਤੱਕ ਲੈ ਗਏ ਨੇ ਠੀਕ ਹੈ ਔਰ ਤੁਹਾਡੇ ਕੋਲ ਕਾਫੀ ਟਾਈਮ ਮਿਲ ਗਿਆ ਹੈ ਐਡਮਿਸ਼ਨ ਲੈਣ ਲਈ ਠੀਕ ਹੈ ਔਰ ਇਹ ਸਭ ਤੋਂ ਵੱਡੀ ਖੁਸ਼ਖਬਰੀ ਹੈ ਸਟੂਡੈਂਟ ਲਈ ਕਿ ਤੁਸੀਂ ਐਡਮਿਸ਼ਨ ਲੈ ਸਕਦੇ ਜੀ ਲੇਕਿਨ ਉਹਨਾਂ ਸਟੂਡੈਂਟ ਲਈ ਨਹੀਂ ਜਿਹੜੇ ਕਿ ਕੰਟੀਨਿਊ ਨੇ ਜਿਹੜੇ ਕਿ ਪਹਿਲੇ ਆਲਰੇਡੀ ਪੜ ਰਹੇ ਨੇ ਦੂਸਰਾ ਸਮੈਸਟਰ ਤੀਸਰਾ ਸਮੈਸਟਰ ਚੌਥਾ ਸਮੈਸਟਰ ਇਹਨਾਂ ਵਾਸਤੇ ਬੈਡ ਨਿਊਜ਼ ਹੈ कि ਤੁਸੀਂ ਅੱਜ ਹੀ ਐਡਮਿਸ਼ਨ ਲੈ ਲਵੋ ਠੀਕ ਹੈ ਨੈਕਸਟ ਮਾਸਟਰ ਵਾਸਤੇ ਅਦਰਵਾਈਜ਼ ਰਹਿ ਜਾਓਗੇ ਠੀਕ ਹੈ ਔਰ ਇਹ ਵੀ ਯਾਦ ਰੱਖਣਾ ਹੈ ਕਿ ਅਗਰ ਤੁਸੀਂ ਐਡਮਿਸ਼ਨ ਲੈਣਾ ਹੈ ਨਾ ਦਸੰਬਰ ਤੱਕ ਲੇਟ ਫੀ ਹੈ ਇਹਦੇ ਵਿੱਚ ਠੀਕ ਹੈ origignal ਜਿਹੜੀ ਹੈ ਸੀਡੇਟ ਉਹ ਗੁਜ਼ਰ ਚੁੱਕੀ ਹੈ ਲੇਕਿਨ ਲੇਟ ਫੀ ਦੇ ਨਾਲ ਤੁਸੀਂ ਦਸੰਬਰ ਤੱਕ ਐਡਮਿਸ਼ਨ ਲੈ ਸਕਦੇ ਜੇ ਲੇਕਿਨ ਇਹ ਉਹਨਾਂ ਸਟੂਡੈਂਟ ਵਾਸਤੇ ਨੇ ਜਿਹੜੇ ਫਰੈਸ਼ ਨੇ ਨਿਊ ਐਡਮਿਸ਼ਨ ਲੈ ਰਹੇ ਨੇ ਜਿਹੜੇ ਪੁਰਾਣੇ ਸਟੂਡੈਂਟ ਨੇ ਉਹ ਅੱਜ ਹੀ ਐਡਮਿਸ਼ਨ ਲੈ ਸਕਦੇ ਨੇ ਅੱਜ ਉਹਨਾਂ ਵਾਸਤੇ ਲਾਸਟ ਡੇਟ ਹੈਗੀ ਹੈ ਮਿਲਨੇ ਆ ਨੈਕਸਟ ਵੀਡੀਓ ਚ ਤਦ ਤੱਕ ਕੇ ਲਈ ਅੱਲਾ ਨੇ ਗੇਬਾਨ